रूहां नूं पहला श्रद्धांजलि दिती जावेगी। उथे ही अज राजपाल दे बीते दिनी दिते भाषण ते भी चर्चा कीती जावेगी। इस दौरान दस दिए कि 3 महीने दे लई आरजी बजट भी जिहड़ा पेश कीता जावेगा। 3 महीने दे लई आरजी बजट खजाना मंत्री हरपाल सिंह चीमा दे वल्लों पेश कीता जावेगा। दस दिए कि बीते दिनी कैबिनेट मंत्रियां नूं विभाग सौंपे गए ने। उथे ही हरपाल सिंह चीमा नूं खजाना मंत्री बनाया गया ते नाल ही होर जिहड़े विभाग भी उन्हां नूं सौंपे गए ने। इस तों इलावा गल करिए मुख्यमंत्री भगवंत सिंह मान दी तां उन्हां दे कोल गृह विभाग दे समेत 27 होर विभाग ने जिन्हां नूं मुख्यमंत्री संभालणगे। उथे ही बाकी मंत्री भी अज अपने विभाग संभालणगे। दस दिए कि पंजाब विधानसभा सैशन दा अज आखरी दिन है ते इसे दौरान सब तों पहलां विछड़ियां रूहां नूं जिथे श्रद्धांजलि दित्ती जावेगी उथे ही राजपाल दे बीते दिनी दिते भाषण ते भी चर्चा कीती जावेगी। क्योंकि राजपाल दे वल्लों बीते दिनी विधानसभा दे विच भाषण दित्ता गया सी ते दस दिए कि सब तों पहलां विधानसभा दे विच स्पीकर दी चोण हुई। कुलतार सिंह संधवा नूं विधानसभा दा स्पीकर बनाया गया। उथे ही राजपाल दे वल्लों जिहड़ा भाषण भी दिता गया ते जिस ते अज चर्चा कीती जावेगी। इसे दौरान दस दिए कि 3 महीने दे लई आरजी जिहड़ा बजट है ओह पेश कीता जावेगा ते इह बजट खजाना मंत्री हरपाल सिंह चीमा पेश करनगे। दस दिए कि बीते दिनी कैबिनेट मंत्रियां नूं जो विभाग दिते गए ने ते उन्हां दे विच हरपाल सिंह चीमा नूं खजाना मंत्री बनाया गया ते बाकी जिहड़े होर विभाग ने ओह कैबिनेट मंत्रियां नूं दिते गए ने ते नाल ही हरपाल सिंह चीमा नूं खजाना मंत्री दे समेत होर जिहड़े विभाग भी सौंपे गए ने। इस तों इलावा मुख्यमंत्री भगवंत सिंह मान की गल करिए तां उन्हां दे कोल गृह विभाग दे समेत होर 27 विभाग ने जिन्हां नूं मुख्यमंत्री संभालणगे ते बाकी दे जो मंत्री ने अज ओह अपने विभाग भी संभालण जा रहे ने। पर उस तों पहलां दस दिए कि विधानसभा सैशन दा अज आखरी दिन है ते जिस दे विच विछड़ियां रूहां नूं पहलां श्रद्धांजलि दित्ती जावेगी ते फिर राजपाल दे वल्लों बीते दिन जो भाषण दित्ता गया सी उस ते चर्चा कीती जावेगी। इस दे नाल ही देखण वाली गल ਇਹ ਵੀ ਹੋਵੇਗੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕਾਰਵਾਈ ਰਹਿੰਦੀ ਹੈ। ਇਸ ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪਰ ਉੱਥੇ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਹੋਰ ਕੀ ਕਾਰਵਾਈ ਰਹਿੰਦੀ ਹੈ ਇਹ ਵੀ ਦੇਖਣ ਵਾਲੀ ਅਹਿਮ ਗੱਲ ਹੋਵੇਗੀ। ਪੰਜਾਬ ਵਿਧਾਨਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ। ਉਥੇ ਹੀ ਅੱਜ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸ ਦਈਏ ਕਿ 3 ਮਹੀਨੇ ਦੇ ਲਈ ਆਰਜੀ ਬਜਟ ਵੀ ਜਿਹੜਾ ਪੇਸ਼ ਕੀਤਾ ਜਾਵੇਗਾ। 3 ਮਹੀਨੇ ਦੇ ਲਈ ਆਰਜੀ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਵਿਭਾਗ ਸੌਂਪੇ ਗਏ ਨੇ। ਉਥੇ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਨਾਲ ਹੀ ਹੋਰ ਜਿਹੜੇ ਵਿਭਾਗ ਵੀ ਉਹਨਾਂ ਨੂੰ ਸੌਂਪੇ ਗਏ ਨੇ। ਇਸ ਤੋਂ ਇਲਾਵਾ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ 27 ਹੋਰ ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ। ਉਥੇ ਹੀ ਬਾਕੀ ਮੰਤਰੀ ਵੀ ਅੱਜ ਆਪਣੇ ਵਿਭਾਗ ਸੰਭਾਲਣਗੇ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਜਾਵੇਗੀ ਉਥੇ ਹੀ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਕਿਉਂਕਿ ਰਾਜਪਾਲ ਦੇ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀ ਤੇ ਦੱਸ ਦਈਏ ਕਿ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਪੀਕਰ ਦੀ ਚੋਣ ਹੋਈ। ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ। ਉਥੇ ਹੀ ਰਾਜਪਾਲ ਦੇ ਵੱਲੋਂ ਜਿਹੜਾ ਭਾਸ਼ਣ ਵੀ ਦਿੱਤਾ ਗਿਆ ਤੇ ਜਿਸ ਤੇ ਅੱਜ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸ ਦਈਏ ਕਿ 3 ਮਹੀਨੇ ਦੇ ਲਈ ਆਰਜੀ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਤੇ ਇਹ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਦੱਸ ਦਈਏ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਜੋ ਵਿਭਾਗ ਦਿੱਤੇ ਗਏ ਨੇ ਤੇ ਉਹਨਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਬਾਕੀ ਜਿਹੜੇ ਹੋਰ ਵਿਭਾਗ ਨੇ ਉਹ ਕੈਬਨਿਟ ਮੰਤਰੀਆਂ ਨੂੰ ਦਿੱਤੇ ਗਏ ਨੇ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਦੇ ਸਮੇਤ ਹੋਰ ਜਿਹੜੇ ਵਿਭਾਗ ਵੀ ਸੌਂਪੇ ਗਏ ਨੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ ਹੋਰ 27 ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ ਤੇ ਬਾਕੀ ਦੇ ਜੋ ਮੰਤਰੀ ਨੇ ਅੱਜ ਉਹ ਆਪਣੇ ਵਿਭਾਗ ਵੀ ਸੰਭਾਲਣ ਜਾ ਰਹੇ ਨੇ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਜਿਸ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਫਿਰ ਰਾਜਪਾਲ ਦੇ ਵੱਲੋਂ ਬੀਤੇ ਦਿਨ ਜੋ ਭਾਸ਼ਣ ਦਿੱਤਾ ਗਿਆ ਸੀ ਉਸ ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕਾਰਵਾਈ ਰਹਿੰਦੀ ਹੈ। ਇਸ ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪਰ ਉੱਥੇ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਹੋਰ ਕੀ ਕਾਰਵਾਈ ਰਹਿੰਦੀ ਹੈ ਇਹ ਵੀ ਦੇਖਣ ਵਾਲੀ ਅਹਿਮ ਗੱਲ ਹੋਵੇਗੀ।
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ। ਉੱਥੇ ਹੀ ਅੱਜ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸਦੇ ਕਿ 3 ਮਹੀਨੇ ਦੇ ਲਈ ਆਰਜੀ ਬਜਟ ਵੀ ਜਿਹੜਾ ਪੇਸ਼ ਕੀਤਾ ਜਾਵੇਗਾ। 3 ਮਹੀਨੇ ਦੇ ਲਈ ਆਰਜੀ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਦੱਸਦੇ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਵਿਭਾਗ ਸੌਂਪੇ ਗਏ ਨੇ। ਉੱਥੇ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਨਾਲ ਹੀ ਹੋਰ ਜਿਹੜੇ ਵਿਭਾਗ ਵੀ ਉਹਨਾਂ ਨੂੰ ਸੌਂਪੇ ਗਏ ਨੇ। ਇਸ ਤੋਂ ਇਲਾਵਾ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ 27 ਹੋਰ ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ। ਉੱਥੇ ਹੀ ਬਾਕੀ ਮੰਤਰੀ ਵੀ ਅੱਜ ਆਪਣੇ ਵਿਭਾਗ ਸੰਭਾਲਣਗੇ। ਦੱਸਦੇ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਜਾਵੇਗੀ, ਉੱਥੇ ਹੀ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਕਿਉਂਕਿ ਰਾਜਪਾਲ ਦੇ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀ ਤੇ ਦੱਸਦੀ ਕਿ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਪੀਕਰ ਦੀ ਚੋਣ ਹੋਈ। ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ। ਉੱਥੇ ਹੀ ਰਾਜਪਾਲ ਦੇ ਵੱਲੋਂ ਜਿਹੜਾ ਭਾਸ਼ਣ ਵੀ ਦਿੱਤਾ ਗਿਆ ਤੇ ਜਿਸ ਤੇ ਅੱਜ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸਦੇ ਕਿ 3 ਮਹੀਨੇ ਦੇ ਲਈ ਆਰਜੀ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਤੇ ਇਹ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਦੱਸਦੇ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਜੋ ਵਿਭਾਗ ਦਿੱਤੇ ਗਏ ਨੇ ਤੇ ਉਹਨਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਬਾਕੀ ਜਿਹੜੇ ਹੋਰ ਵਿਭਾਗ ਨੇ ਉਹ ਕੈਬਨਿਟ ਮੰਤਰੀਆਂ ਨੂੰ ਦਿੱਤੇ ਗਏ ਨੇ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਦੇ ਸਮੇਤ ਹੋਰ ਜਿਹੜੇ ਵਿਭਾਗ ਵੀ ਸੌਂਪੇ ਗਏ ਨੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ ਹੋਰ 27 ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ ਤੇ ਬਾਕੀ ਦੇ ਜੋ ਮੰਤਰੀ ਨੇ ਅੱਜ ਉਹ ਆਪਣੇ ਵਿਭਾਗ ਵੀ ਸੰਭਾਲਣ ਜਾ ਰਹੇ ਨੇ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਜਿਸ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਫਿਰ ਰਾਜਪਾਲ ਦੇ ਵੱਲੋਂ ਬੀਤੇ ਦਿਨ ਜੋ ਭਾਸ਼ਣ ਦਿੱਤਾ ਗਿਆ ਸੀ ਉਸ ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕਾਰਵਾਈ ਰਹਿੰਦੀ ਹੈ। ਇਸ ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪਰ ਉੱਥੇ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਹੋਰ ਕੀ ਕਾਰਵਾਈ ਰਹਿੰਦੀ ਹੈ, ਇਹ ਵੀ ਦੇਖਣ ਵਾਲੀ ਅਹਿਮ ਗੱਲ ਹੋਵੇਗੀ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ। ਉੱਥੇ ਹੀ ਅੱਜ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸਦੇ ਕਿ 3 ਮਹੀਨੇ ਦੇ ਲਈ ਆਰਜੀ ਬਜਟ ਵੀ ਜਿਹੜਾ ਪੇਸ਼ ਕੀਤਾ ਜਾਵੇਗਾ। 3 ਮਹੀਨੇ ਦੇ ਲਈ ਆਰਜੀ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਦੱਸਦੇ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਵਿਭਾਗ ਸੌਂਪੇ ਗਏ ਨੇ। ਉੱਥੇ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਨਾਲ ਹੀ ਹੋਰ ਜਿਹੜੇ ਵਿਭਾਗ ਵੀ ਉਹਨਾਂ ਨੂੰ ਸੌਂਪੇ ਗਏ ਨੇ। ਇਸ ਤੋਂ ਇਲਾਵਾ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ 27 ਹੋਰ ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ। ਉੱਥੇ ਹੀ ਬਾਕੀ ਮੰਤਰੀ ਵੀ ਅੱਜ ਆਪਣੇ ਵਿਭਾਗ ਸੰਭਾਲਣਗੇ। ਦੱਸਦੇ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਦੌਰਾਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਜਾਵੇਗੀ, ਉੱਥੇ ਹੀ ਰਾਜਪਾਲ ਦੇ ਬੀਤੇ ਦਿਨੀ ਦਿੱਤੇ ਭਾਸ਼ਣ ਤੇ ਵੀ ਚਰਚਾ ਕੀਤੀ ਜਾਵੇਗੀ। ਕਿਉਂਕਿ ਰਾਜਪਾਲ ਦੇ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀ ਤੇ ਦੱਸਦੀ ਕਿ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਪੀਕਰ ਦੀ ਚੋਣ ਹੋਈ। ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ। ਉੱਥੇ ਹੀ ਰਾਜਪਾਲ ਦੇ ਵੱਲੋਂ ਜਿਹੜਾ ਭਾਸ਼ਣ ਵੀ ਦਿੱਤਾ ਗਿਆ ਤੇ ਜਿਸ ਤੇ ਅੱਜ ਚਰਚਾ ਕੀਤੀ ਜਾਵੇਗੀ। ਇਸੇ ਦੌਰਾਨ ਦੱਸਦੇ ਕਿ 3 ਮਹੀਨੇ ਦੇ ਲਈ ਆਰਜੀ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਤੇ ਇਹ ਬਜਟ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਦੱਸਦੇ ਕਿ ਬੀਤੇ ਦਿਨੀ ਕੈਬਨਿਟ ਮੰਤਰੀਆਂ ਨੂੰ ਜੋ ਵਿਭਾਗ ਦਿੱਤੇ ਗਏ ਨੇ ਤੇ ਉਹਨਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਤੇ ਬਾਕੀ ਜਿਹੜੇ ਹੋਰ ਵਿਭਾਗ ਨੇ ਉਹ ਕੈਬਨਿਟ ਮੰਤਰੀਆਂ ਨੂੰ ਦਿੱਤੇ ਗਏ ਨੇ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਦੇ ਸਮੇਤ ਹੋਰ ਜਿਹੜੇ ਵਿਭਾਗ ਵੀ ਸੌਂਪੇ ਗਏ ਨੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਦੇ ਸਮੇਤ ਹੋਰ 27 ਵਿਭਾਗ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸੰਭਾਲਣਗੇ ਤੇ ਬਾਕੀ ਦੇ ਜੋ ਮੰਤਰੀ ਨੇ ਅੱਜ ਉਹ ਆਪਣੇ ਵਿਭਾਗ ਵੀ ਸੰਭਾਲਣ ਜਾ ਰਹੇ ਨੇ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਜਿਸ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਫਿਰ ਰਾਜਪਾਲ ਦੇ ਵੱਲੋਂ ਬੀਤੇ ਦਿਨ ਜੋ ਭਾਸ਼ਣ ਦਿੱਤਾ ਗਿਆ ਸੀ ਉਸ ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕਾਰਵਾਈ ਰਹਿੰਦੀ ਹੈ। ਇਸ ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪਰ ਉੱਥੇ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਹੋਰ ਕੀ ਕਾਰਵਾਈ ਰਹਿੰਦੀ ਹੈ, ਇਹ ਵੀ ਦੇਖਣ ਵਾਲੀ ਅਹਿਮ ਗੱਲ ਹੋਵੇਗੀ।